Sarva kataka antyam so
Thank you.
ਆਪਣਾ ਹੱਥ ਰੱਖਿਆ ਹਰ ਗੋਬਿੰਦ ਨਮਨ ਰੋਲਾ ਤਾਪ ਗਿਆ ਪ੍ਰਭਾਤ ਮਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਕੋਈ ਪਾਏ ਸਤਿਗੁਰ ਕਰੇ ਬਲ ਜਾਏ ਹਲਤ ਪਲਟ ਪਲ ਦੋਵੇ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਸ਼ਹੀਦੀ ਸਮਾਗਮ ਮਨਾਉਂਦਿਆਂ ਹੋਇਆਂ ਜੋ ਬਹੁਤ ਵੱਡਾ ਸਤਿਗੁਰੂ ਜੀ ਨੇ ਇਹ ਸ਼ਹਾਦਤ ਦਾ ਪਿਆਲਾ ਪੀਤਾ ਹੈ ਜਾਂ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਉਹ ਤਾਂ ਆਪਾਂ ਸੈਟਰਡੇ ਅਤੇ ਸੰਡੇ ਵਿਚਾਰ ਕਰਾਂਗੇ। ਅੱਜ ਆਪਾਂ ਵਿਚਾਰ ਕਰੇਗੀ ਸਤਿਗੁਰੂ ਜੀ ਨੇ ਐਡੀ ਵੱਡੀ ਕੁਰਬਾਨੀ ਦੇ ਕੇ ਉਸ ਤੋਂ ਪਹਿਲਾਂ ਸਾਨੂੰ ਦਿੱਤਾ ਕੀ ਹੈ, ਕਿੱਡੀ ਵੱਡੀ ਦੇਣ ਹੈ, ਜਿਸ ਬਾਣੀ ਦਾ ਆਪਾਂ ਹੁਣ ਕੀਰਤਨ ਕੀਤਾ ਹੈ। ਸਤਿਗੁਰੂ ਜੀ ਕਿੱਡਾ ਮਹਾਨ ਉਪਦੇਸ਼ ਕਰਦੇ ਹਨ ਸਾਡੇ ਵਾਸਤੇ, ਮੇਰਾ ਸਤਿਗੁਰੂ ਰਖਵਾਲਾ ਹੋ, ਕਿੱਡੀ ਦੇਰ ਹੈ। ਬਾਬਾ ਜੀ ਕਹਿ ਸਕਦੇ ਭਾਈ ਜਿਸ ਨੂੰ ਆਸਰਾ ਮਿਲ ਜੇ ਉਹਨੂੰ ਸਭ ਕੁਛ ਮਿਲ ਜਾਵੇ। ਇਹ ਬਾਣੀ ਇਕੱਤਰ ਕਰਨੀ, ਬਾਣੀ ਵੱਜੀ ਚੌ ਜੁਗੀ, ਇਹ ਚਾਰੇ ਯੁੱਗਾਂ ਵਿੱਚ ਬਾਣੀ ਸੀ। ਜਿਵੇਂ ਤਾਰਾ ਰਾਣੀ ਦੀ ਸਾਖੀ ਹੁੰਦੀ ਹੈ ਸੱਤ ਯੁੱਗ ਵਿੱਚ ਹੋਈ, ਹਰੀਚੰਦ ਦੇ ਘਰ ਵਾਲੀ ਤਾਰਾ ਰਾਣੀ ਸਾਧ ਸੰਗਤ ਮਿਲ ਗਾਉਣ ਦੇ ਰਾਤੀ ਜਾਏ ਸੁਣੈ ਗੁਰਬਾਣੀ। ਗੁਰਬਾਣੀ ਉਸ ਮੌਕੇ ਵਿੱਚ ਵੀ ਸੱਤ ਯੁੱਗ ਵਿੱਚ ਵੀ ਸੀ, ਦੁਆਬਰ ਵਿੱਚ ਵੀ, ਤ੍ਰੇਤੇ ਵਿੱਚ ਵੀ, ਕਲਯੁੱਗ ਵਿੱਚ। ਅਤੇ ਸਤਿਗੁਰਾਂ ਨੇ ਉਸ ਬਾਣੀ ਨੂੰ ਇਕੱਤਰ ਕਰਕੇ ਕਿੱਡਾ ਵੱਡਾ ਸਾਡੇ ਵਾਸਤੇ ਆਸਰਾ ਬਣਾ ਦਿੱਤਾ ਹੈ। ਆਸਰਾ ਸਦਾ ਲਈ ਬਣਾ ਦਿੱਤਾ ਵੀ ਤੁਸੀਂ ਸਦਾ ਲਈ ਸਮਝੋ ਮੇਰਾ ਸਤਿਗੁਰੂ ਰਖਵਾਲਾ ਹੋ, ਮੇਰਾ ਗੁਰੂ ਹੈ, ਮੇਰਾ ਸਤਿਗੁਰੂ ਹੈ ਜਿਹੜਾ ਮੇਰੇ ਰਖਵਾਲੇ ਕਰੇਗਾ, ਰੱਖਿਆ ਕਰਦਾ ਹੈ। ਇਸ ਬਾਣੀ ਨਾਲ ਅੱਜ ਗੁਰੂ ਕੀ ਸਾਧ ਸੰਗਤ ਇੱਕ ਨੀ ਦੋ ਨੀ ਅਨੇਕਾਂ ਮਾਈ ਭਾਈ ਦੇ ਦੁੱਖ ਦੂਰ ਹੁੰਦੇ ਹਨ। ਇਸ ਬਾਣੀ ਨਾਲ ਅਨੇਕਾਂ ਅਣਗਿਣਤ ਜੀਵਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਣਕਾਰ ਵਸ ਹੈ ਕਾਮ ਤੇ, ਕੋਈ ਗਿਣਤੀ ਹੈ? ਕਦੇ ਵੀ ਗਿਣਤੀ ਨਹੀਂ ਹੋ ਸਕਦੀ। ਕਿੰਨੇ ਮਾਈ ਭਾਈ ਸ਼ਰਧਾਲੂਆਂ ਦੀ ਬਾਣੀ ਪੜ੍ਹ ਸੁਣ ਕੇ ਇੱਛਾ ਪੂਰੀਆਂ ਹੁੰਦੀਆਂ। ਅਣਗਿਣਤ ਜੀਵ ਹੈ ਜਿਨ੍ਹਾਂ ਦੇ ਬਾਣੀ ਪੜ੍ਹ ਕੇ ਮਨ ਦੇ ਵੀ ਦੁੱਖ ਦੂਰ ਹੁੰਦੇ ਆ ਤੇ ਤਨ ਦੇ ਵੀ ਦੁੱਖ ਦੂਰ ਹੁੰਦੇ। ਤਨ ਦੇ ਜਿਸ ਨੂੰ ਪੁੱਛੋ ਕੋੜੀ ਆ ਗਈ ਤਿੰਨ। ਮੈਂ ਗੱਲ ਕਰਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿੱਡੀ ਵੱਡੀ ਸਾਨੂੰ ਦੇਣ ਹੈ, ਨਹੀਂ ਤਾਂ ਪਤਾ ਨਹੀਂ ਅਸੀਂ ਕਿਸ ਪਾਸੇ ਭਟਕ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਹੁੰਦਿਆਂ ਹੁਣ ਵੀ ਭਟਕਦੇ, ਹੁਣ ਵੀ ਭੁੱਲ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਜਿਹਦਾ ਮਹਾਨ ਉਪਦੇਸ਼ ਨਾਨਕਸਰ ਵਿੱਚੋਂ ਆਇਆ ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਕੋਈ ਹੋਰ ਗੁਰੂ ਗ੍ਰੰਥ ਸਾਹਿਬ ਤੋਂ ਬਾਬਾ ਜੀ ਕਹਿੰਦੇ ਬਣੀ ਨਹੀਂ ਸਕਦਾ, ਗੁਰੂ ਨਹੀਂ ਬਣੇ। ਠੀਕ ਹੈ, ਮਹਾਨ ਕੋਈ ਕੰਮ ਕਰਦਾ ਹੈ ਉਸਨੂੰ ਪਾਤਸ਼ਾਹ ਨੇ ਵੀ ਬਾਣੀ 'ਚ ਕਹਿਤਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਕੋਈ ਸੱਚੇ ਮਾਰਗ 'ਤੇ ਚੱਲੇਗਾ, ਸੱਚੇ ਕੰਮ ਕਰੇਗਾ, ਪੰਥ ਦੀ ਸੇਵਾ ਕਰੇਗਾ, ਨਾਮ ਜਪੇਗਾ, ਜੀ ਪਾਵੇਗਾ, ਉਹਦੀ ਤਾਂ ਉਸਤ ਹੋਵੇਗੀ। ਪਰ ਗੱਲ ਕਰਦੇ ਹਾਂ ਆਪਾਂ ਗੁਰੂ ਦੀ, ਤਾਂ ਬਾਬਾ ਜੀ ਦਾ ਮਹਾਨ ਬਚਨ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਗੁਰੂ ਕੋਈ ਨਹੀਂ। ਬਾਣੀ ਹੈ ਸਾਡੀ ਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ
ਸਾਧ ਕੋਈ ਅੰਤ ਹੈ ਇਸ ਦੇਣ ਦਾ? ਕਹਿੰਦੇ ਸਾਰੀ ਬਾਣੀ ਅੰਮ੍ਰਿਤ ਹੈ, ਜਿਸ ਅੰਮ੍ਰਿਤ ਨੂੰ ਪਾਤਸ਼ਾਹ ਨੇ ਕਹਿਤਾ ਸਵਰ ਨਾਲ ਮਨ ਜਨ ਅੰਮ੍ਰਿਤ ਖੋਜਦੇ, ਖੋਜ ਤਾਂ ਕੀਤੀ ਪਰ ਮਿਲਿਆ ਨਹੀਂ ਸਾਨੂੰ ਅੰਮ੍ਰਿਤ ਦਾ, ਬਿਲਕੁਲ ਭੰਡਾਰਾ ਖਜ਼ਾਨਾ ਦੇਤਾ, ਅੰਮ੍ਰਿਤ ਦਾ ਸਮੁੰਦਰ ਦੇਤਾ। ਪੀਓ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਹਿੰਦੇ ਅੰਮ੍ਰਿਤ ਪੀਵੋ ਸਦਾ ਲਈ ਮੈਂ ਤੁਹਾਨੂੰ ਅਸੀਸ ਦਿੰਦਾ। ਇਹ ਵੀ ਖਿਆਲ ਰੱਖਣਾ ਵੀ ਜਿਵੇਂ ਲੋਕ ਗੁੰਮਰਾਹ ਕਰਦੇ, ਗੁਰੂ ਸਾਹਿਬ ਨੇ ਕਿਸੇ ਨੂੰ ਗੁੰਮਰਾਹ ਨਹੀਂ ਕੀਤਾ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੇ ਮੈਂ ਤੁਹਾਨੂੰ ਅਸੀਸਾਂ ਦੇ ਮੰਨਾ। ਕਹਿੰਦੇ ਤੁਸੀਂ ਪਹਿਲਾਂ ਬਚਨ ਮੰਨੋ ਅੰਮ੍ਰਿਤ ਦੀ, ਫਿਰ ਮੈਂ ਤੁਹਾਨੂੰ ਅਸੀਸ ਦਿੰਦਾ ਵੀ ਸਦਾ ਲਈ ਜਿਉਂਦੇ ਰਹੋ, ਸੇਵਾ ਕਰੋਗੇ ਅਤੇ ਮੈਂ ਕਹਾਂ ਵੀ ਚਲੋ ਸੇਵਾ ਕਰਕੇ ਸਾਨੂੰ ਸਭ ਕੁਛ ਮਿਲੇਗਾ, ਪਰ ਸੇਵਾ ਕਰਕੇ ਮਿਲੇਗਾ ਤਾਂ ਸਭ ਕੁਛ ਪਰ ਮਿਲੇਗਾ ਕਿਵੇਂ? ਗੁੰਮਰਾਹ ਨਹੀਂ ਕੀਤਾ। ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਹੈ ਤਾਂ ਸਫਲ ਪਰ ਕਿਹਦੇ ਵਾਸਤੇ? ਜੇ ਕੋ ਕਰੇ ਚਿੱਤ ਲਾਏ, ਹਦਾਇਤ ਕਰਦੇ ਨਾ ਸੇਵਾ ਤਾਂ ਸਫਲ ਹੈ, ਪਰ ਕਿੰਨਾ ਵੀ ਸਫਲ ਹੈ ਜਿਹੜੇ ਚਿੱਤ ਲਾ ਕੇ ਕਰਦੇ, ਭਾਵਨਾ ਨਾਲ ਕਰਦੇ ਆ, ਪਿਆਰ ਨਾ ਕਰਦੇ ਆ, ਭਰੋਸੇ ਨਾ ਕਰਦੇ। ਤਾਂ ਦੋ ਤਾਂ ਕੋਈ ਚਲੇ ਗਏ, ਮੇਰਾ ਕਹਿਣਾ ਵੀ ਕਿੱਡੀ ਵੱਡੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਖਸ਼ਿਸ਼ ਹੈ। ਤੇ ਇੱਕ ਕੋਹੜੀ ਬੈਠਾ ਰਿਹਾ, ਤਿੰਨ ਚਾਰ ਦਿਨ ਤੋਂ ਬਾਅਦ ਬਾਬਾ ਜੀ ਨੇ ਅੰਦਰ ਬੁਲਾਇਆ, ਖੁੱਲੀ ਜਗ੍ਹਾ ਹੈ, ਕਹਿੰਦੇ ਇਹਨੂੰ ਵਿਹੜੇ 'ਚ ਚੌਪੜਾ ਮਰਾ ਕੇ ਤੇ ਉੱਪਰ ਬਹੁਤ ਵੱਡਾ ਚਿੱਟਾ ਚਾਦਰਾ ਪਾ ਲਿਆ, ਆਸੇ ਪਾਸੇ ਤੋਂ ਦੱਬ ਦੇ, ਨਜ਼ਰ ਨਾ ਆਵੇ। ਤੇ ਇੱਕ ਸਿੰਘ ਨੂੰ ਉੱਚੀ ਜਗ੍ਹਾ ਤੇ ਹੁਕਮ ਕੀਤਾ ਜਾਂ ਟੇਬਲ ਜਾਂ ਕੁਰਸੀ ਤੇ ਬਹਿ ਕੇ ਉੱਚੀ ਜਗ੍ਹਾ, ਇਹਦੇ ਨਾਲ ਉੱਚੀ ਜਗ੍ਹਾ ਹੋ। ਬਾਣੀ ਦਾ ਕਿੰਨਾ ਸਤਿਕਾਰ ਬਾਬਾ ਜੀ ਕਰਦੇ ਸਨ, ਜਿਹੜੀ ਬਾਣੀ ਦੀ ਦੇਣ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਸੁਖਮਨੀ ਸਾਹਿਬ ਦਾ ਪਾਠ ਕਰਿਆ ਤੇ ਜਦੋਂ ਚਾਦਰਾ ਚੱਕਿਆ ਤੇ ਕੋਹੜੀ ਬਿਲਕੁਲ ਜੋ ਹੱਥ ਪੈਰ ਝੜੇ ਲਹੂ ਪਾਪ ਵਗਦੀ ਸੀ, ਤਿੰਨ ਚਾਰ ਦਿਨ ਤੋਂ ਆਮ ਸੰਗਤਾਂ ਅੱਖਾਂ ਨਾਲ ਵੇਖਦੀਆਂ ਸੀ। ਸੁਣੀ ਸਾਖੀ, ਜਦੋਂ ਚਾਦਰਾ ਚੱਕਿਆ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਤੇ ਕੋਹੜੀ ਸੋਨੇ ਵਰਗਾ ਬਣ ਗਿਆ, ਰੰਗ ਰੂਪ ਕੋਲ ਦਾ ਕੋਈ ਨਾਮ ਨਿਸ਼ਾਨ ਨਹੀਂ ਪਰਮੇਸ਼ਰ ਦਿੱਤਾ, ਬੰਨਾ ਦੁੱਖ ਰੋਕਾ ਡੇਰਾ ਨਾਸ਼ ਕਰਤਾ ਨਾਸ਼। ਐਸਾ ਜਦੋਂ ਕੋਈ ਚਮਤਕਾਰਾ ਹੁੰਦਾ ਹੈ ਤੇ ਕੋਈ ਖੁਸ਼ੀ ਨਹੀਂ ਸੰਭਾਲੀ ਜਾਂਦੀ, ਬਹੁਤ ਸੰਗਤਾਂ ਖੁਸ਼ੀਆਂ, ਕੋਈ ਉੱਚੀ ਉੱਚੀ ਸ਼ਬਦ ਵਡਿਆਈ ਕਰਨ ਲੱਗ ਗਈ ਗੁਰੂਆਂ ਦੀ, ਗੁਰੂ ਨਾਨਕ ਸਾਹਿਬ ਦੀ, ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ। ਕੋਈ ਵਿਕਾਰੇ ਛੱਡਣ ਲੱਗ ਗਿਆ ਖੁਸ਼ੀ ਵਿੱਚ ਆ ਕੇ, ਕਿਉਂਕਿ ਨਿੱਤ ਦੇਖਦੇ ਸਨ। ਕੋਈ ਰੋਣ ਲੱਗ ਗਿਆ ਖੁਸ਼ੀ ਵਿੱਚ, ਬਹੁਤੀ ਖੁਸ਼ੀ ਵਿੱਚ ਰੋਣ ਵੀ ਆ ਜਾਂਦਾ, ਦੁੱਖ ਵਿੱਚ ਵੀ ਆਉਂਦਾ, ਬਹੁਤੀ ਖੁਸ਼ੀ ਵਿੱਚ ਵੀ ਬੰਦੇ ਨੂੰ ਕਦੇ ਕਦੇ ਰੋਣ ਆ ਜਾਂਦਾ। ਤਾਂ ਬਾਬਾ ਜੀ ਨੇ ਜਦੋਂ ਸੰਗਤ ਦੇ ਮਨ ਦੀ ਅਵਸਥਾ ਵੇਖੀ ਖੁਸ਼ੀ ਖੇੜੇ ਦੀ, ਕਹਿਣ ਲੱਗੇ ਭਾਈ ਤੁਸੀਂ ਇੰਨੇ ਖੁਸ਼ ਖੁਸ਼ ਕਿਉਂ ਆ? ਕਹਿੰਦੇ ਜੀ ਹੁਣ ਖੁਸ਼ ਨਾ ਹੋਈਏ, ਇੱਕ ਪਾਠ ਨਾਲ ਕੋਹੜੀ ਗਲਿਆ ਪਲਿਆ, ਲੋ ਪਾਕ ਹੱਥ ਪੈਰ ਝੜੇ ਹੋਏ ਸੀ, ਉਮਰ ਦੀਆਂ ਦੀਆਂ ਰਹਿ ਗਈਆਂ ਸੀ, ਸਭ ਕੁਛ ਤੇ ਦੇਖ ਕੇ ਵੀ ਵੱਡੀ ਆਉਂਦੀ ਸੀ, ਨਫ਼ਰਤ ਆਉਂਦੀ ਸੀ, ਮੁਸ਼ਕ ਮਾਰਦਾ ਸੀ, ਤੇ ਹੁਣ ਸਿਆਣੇ ਵਰਗਾ ਹੋ ਗਿਆ ਰੰਗ ਰੂਪ, ਕੋਲ ਦਾ ਨਾਮ ਨਿਸ਼ਾਨ ਨਹੀਂ, ਇੰਨਾ ਸੁੰਦਰ ਬੰਦਾ ਬਣ ਗਿਆ ਜਿਵੇਂ ਕੋਈ ਸਿਆਣੇ ਦਾ ਬਣਾਇਆ ਹੁੰਦਾ। ਤਾਂ ਬਾਬਾ ਜੀ ਕਹਿੰਦੇ ਭਾਈ ਬਾਣੀ ਦੀ ਤਾਂ ਮਹਿਮਾ ਇਸ ਤੋਂ ਵੀ ਜ਼ਿਆਦਾ ਹੈ, ਮਾਰੇ ਇਸ ਤੋਂ ਜ਼ਿਆਦਾ ਕਿਵੇਂ? ਫਿਰ ਬਾਬਾ ਜੀ ਭੁੱਚੋ ਵਾਲੇ ਬਾਬਾ ਮਹਾਂ ਹਰਨਾਮ ਸਿੰਘ ਮਹਾਰਾਜ ਦੱਸਿਆ, ਭਾਈ ਇਹ ਤਾਂ ਇੱਕ ਪਾਠ ਅਸੀਂ ਕੋਲੇ ਬਹਾਰ ਕੇ ਕਰਾਇਆ ਨਾ, ਇਹਦੇ ਵਾਸਤੇ ਇਹਦੇ ਨਿਮਿਤ
ਜਿਵੇਂ ਆਪਾਂ ਪਾਠ ਕਿਸੇ ਨਿਮਿਤ ਹੁੰਦੇ, ਇੱਥੇ ਵੀ ਸੁਖਮਨ ਸਾਹਿਬ ਦੇ ਪਾਠ ਚੱਲਦੇ, ਮਾਈ ਭਾਈ ਆਪਣੀ ਸ਼ਰਧਾ ਮੁਤਾਬਕ ਕਰਾਉਂਦੇ ਰਹਿੰਦੇ ਆ। ਕਹਿੰਦੇ ਇਹ ਤਾਂ ਇਹਦੇ ਨਿਮਿਤ, ਇਹਦੇ ਸਰੀਰ ਵਾਸਤੇ, ਇਹਦੇ ਦੁੱਖ ਵਾਸਤੇ ਸਪੈਸ਼ਲ ਪਾਠ ਕਰਾਇਆ। ਕਹਿੰਦੇ ਬਾਣੀ ਦੀ ਤਾਂ ਐਡੀ ਵੱਡੀ ਮਹਿਮਾ, ਕੋਈ ਵੀ ਗੁਰਸਿੱਖ ਮਾਈ ਭਾਈ ਇੱਕ ਪਾਠ ਦਾ ਹਰ ਰੋਜ਼ ਦਾ ਨਿਤ ਨੇਮੀ ਹੋਵੇ, ਪਰ ਨੇਮ ਨਾ ਕਰਦਾ ਹੋਵੇ, ਹਰ ਰੋਜ਼ ਭਜਾਉਂਦਾ ਨਾ ਹੋਵੇ, ਨਾਗਾ ਨਾ ਪਾਉਂਦਾ ਹੋਵੇ, ਹਰ ਰੋਜ਼ ਦਾ ਨੇਮੀ ਹੋਵੇ ਪਾਠ ਕਰਨ ਵਾਲਾ, ਕੋਈ ਵੀ ਗੁਰਮੁਖ ਹੋਵੇ, ਕੋਈ ਬੀਬੀ ਹੋਵੇ, ਪਰ ਹਰ ਰੋਜ਼ ਪਾਠ ਕਰਨ ਵਾਲਾ ਹੋਵੇ। ਕਹਿੰਦੇ ਜੇ ਕਦੇ ਉਹਦੀ ਸ਼ਾਮ ਪਏ ਤਾਂ ਵੀ ਕੋਈ ਸਿਉਣੇ ਵਰਗਾ ਹੋ ਸਕਦਾ। ਕਿੱਡੀ ਮਹਿਮਾ ਕੀਤੀ, ਕਿਹੜੀ ਗੱਲ ਦੀ ਮਹਿਮਾ ਕੀਤੀ ਹੈ? ਗੁਰਬਾਣੀ ਦੀ। ਤੇ ਗੁਰਬਾਣੀ ਦੀ ਦੇਣ ਕਿਹਦੀ ਹੈ? ਜਪਿਓ ਜਿਨ ਹਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਹੈ। ਇਹ ਸਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਦੇਣ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਕੇ, ਸੇਵਾ ਕਰਕੇ, ਕਮਾਈ ਕਰਕੇ ਜੇ ਪ੍ਰਾਪਤੀ ਕੀਤੀ, ਤਾਂ ਇਸੇ ਗੁਰੂ ਗ੍ਰੰਥ ਸਾਹਿਬ ਚੋਂ ਬਾਬਾ ਨੰਦ ਸਿੰਘ ਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ। ਤੇ ਗੁਰੂ ਗ੍ਰੰਥ ਸਾਹਿਬ ਰਚਿਆ ਕਿਹਨੇ ਹੈ? ਗੁਰੂ ਅਰਜਨ ਦੇਵ। ਜੇ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਨੰਦ ਸਿੰਘ ਮਹਾਰਾਜ ਨੇ ਭੋਗ ਲਵਾਇਆ ਤੇ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਹੋ ਕੇ ਪ੍ਰਸ਼ਾਦ ਛਕਿਆ, ਤੇ ਇਸੇ ਗੁਰੂ ਚੋਂ ਜਪਿਆ, ਸਭ ਕੁਛ ਇੱਥੋਂ ਹੀ ਹੋਇਆ। ਜੇ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਜੀ ਕਹਿ ਸਕਦੇ, ਭਾਈ ਅੰਗ ਅੰਗ ਹੈ ਗੁਰੂ ਨਾਨਕ ਦਾ, ਮੈਂ ਪੱਤਰੇ ਨਹੀਂ ਕਹਿ ਸਕਦਾ, ਅੱਖਰ ਨਹੀਂ ਕਹਿ ਸਕਦਾ, ਐਡੀ ਵੱਡੀ ਭਾਵਨਾ ਕਰਕੇ ਕਮਾਈ ਦਿਖਾਈ ਹੈ, ਤੇ ਕਿਹਦੇ ਵਿੱਚੋਂ ਕਰਾਈ ਹੈ? ਗੁਰੂ ਗ੍ਰੰਥ ਸਾਹਿਬ ਚੋਂ। ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਹਨੇ ਕੀਤੀ ਹੈ? ਗੁਰੂ ਅਰਜਨ ਦੇਵ ਮਹਾਰਾਜ। ਤੇ ਮੇਰਾ ਕਹਿਣ ਦਾ ਭਾਵ, ਅੱਜ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਾ ਹੁੰਦੀ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਸਾਹਿਬ ਨੰਦੇੜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤਾਂਹੀਓ ਕਹਿਣਾ ਵੀ ਸਭ ਸਿੱਖਣ ਕੋਲ ਹੁਕਮ ਹੈ, ਗੁਰੂ ਮਾਨਿਓ। ਜੇ ਨਾ ਉਹਦੇ ਕਿਵੇਂ ਕਹਿ ਸਕਦੇ ਸੀ? ਦੇਣ ਕਿਹਦੀ ਹੈ? ਗੁਰੂ ਅਰਜਨ ਦੇਵ ਮਹਾਰਾਜ। ਜੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਤੇ ਤਾਂਹੀਓ ਦਸਵੇਂ ਪਾਤਸ਼ਾਹ ਨੇ ਗੱਦੀ ਦੇਖ ਕੇ ਮੱਥਾ ਆਪ ਟੇਕਿਆ, ਤਾਂਹੀਓ ਅਸੀਂ ਕਹਿੰਦੇ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ। ਦਸਵੇਂ ਗੁਰੂ ਨੇ ਵੀ ਗੁਰੂ ਨੂੰ ਮੱਥਾ ਟੇਕਦਾ, ਕਿਉਂ? ਗੁਰੂਆਂ ਦਾ ਗੁਰੂ। ਸਾਡੇ ਦਸ ਗੁਰੂ ਹੋਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਦਸ ਜਾਮੇ ਕਹਿ ਲਓ ਜੋਤਾ ਉਹੀ ਸੀ, ਦਸ ਸਰੀਰ ਧਾਰੇ ਉਹਨਾਂ ਨੂੰ ਅਸੀਂ ਸਰੀਰ ਕਰਕੇ, ਜੋਤਾ ਇੱਕੋ ਸੀ, ਅਸੀਂ ਗੁਰੂ ਸਮਝਦੇ ਰਹੇ, ਤੇ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣ ਕੇ ਮੱਥਾ ਟੇਕਿਆ, ਤਾਂ ਕਿਹਾ ਜਾਂਦਾ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ। ਗੁਰੂਆਂ ਦਾ ਵੀ ਗੁਰੂ ਹੈ, ਐਡੀ ਵੱਡੀ ਪਦਵੀ ਹੈ। ਇਹ ਪਦਵੀ ਤਾਂ ਮਿਲੀ ਹੈ, ਪਰ ਇਹਦੀ ਰਚਨਾ ਕਿਸਨੇ ਕੀਤੀ ਹੈ? ਗੁਰੂ ਅਰਜਨ ਸਾਹਿਬ ਨੇ, ਜਿਹਨਾਂ ਦਾ ਆਪਾਂ ਗੁਰਪੁਰਬ ਮਨਾ ਰਹੇ। ਸ਼ਹੀਦੀ ਦਿਹਾੜਾ ਜੋ 5 ਤਰੀਕ ਨੂੰ ਆ ਰਿਹਾ, ਇਸ ਵਾਸਤੇ ਸੁਖਬਾਣੀ ਨੇ ਅੱਜ ਵੀ, ਪਿੱਛੇ ਵੀ, ਅੱਗੇ ਨੂੰ ਵੀ ਰਹਿੰਦੀ ਦੁਨੀਆਂ ਤੱਕ, ਇਸ ਬਾਣੀ ਨੇ ਸਾਡੀਆਂ ਇੱਛਾ ਪੂਰੀਆਂ ਕਰਦੇ ਰਹਿਣਾ। ਸਾਡੇ ਮਨ ਦੇ, ਤਨ ਦੇ ਰੋਗ ਵੀ ਬਾਣੀ ਨੇ ਕੱਟਦੇ ਰਹਿਣਾ। ਪਿੱਛੇ ਵੀ ਬਾਣੀ ਇੱਕ ਨਹੀਂ, ਅਨੇਕਾਂ ਦੇ ਦੁੱਖ ਦੂਰ ਕੀਤੇ। ਮੈਨੂੰ ਯਾਦ ਹੈ 4-5 ਸਾਲ ਦੀ ਗੱਲ ਹੈ, ਇੱਥੇ ਇੱਕ ਬੀਬੀ ਆਈ ਬਰਮਿੰਘਮ ਤੋਂ। ਮੈਂ ਕੋਸ਼ਿਸ਼ ਕਰਦਾ, ਲੱਭਦਾ ਇਸ ਵਾਸਤੇ, ਦੱਸਣ ਵਾਸਤੇ, ਬਹੁਤ ਪੜ੍ਹਾਈ ਵੀ ਉਹਦੀ ਬਹੁਤ ਲੱਗਦੀ ਸੀ, ਬਿਜਨਸ ਕੱਪੜੇ ਦਾ ਕਰਨ ਵਾਲੀ ਸਿਆਣੀ ਬੀਬੀ, ਅਤੇ ਕੈਂਸਰ ਦਾ ਰੋਗ, ਅਤੇ ਅਸੀਂ ਉਹਨੂੰ ਸ਼ਬਦ ਦਿੱਤਾ, ਹਰੇਕ ਨੂੰ ਸ਼ਬਦ ਦਿੰਦੇ ਹਾਂ, ਗੁਰਬਾਣੀ ਨਾਲ ਜੁੜੀ ਹੈ, ਪਰ ਗੁਰੂ ਦੀ ਕਿਰਪਾ ਨਾਲ ਹਰ ਇੱਕ ਨੂੰ ਕਹੀਦਾ ਵੀ ਜੇ ਜੁੜਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੋ। ਭਾਈ ਇਹ ਦਰਗਾਹ ਦੀ ਬਾਣੀ ਹੈ, ਇਹਦੇ ਨਾਲ ਜਿਹੜਾ ਜੁੜੇਗਾ ਇਹ ਬਾਣੀ ਦਰਗਾਹ ਵਿੱਚ ਲੈ ਜਾਵੇ, ਦਰਗਾਹ ਵਿੱਚ ਲੈ ਕੇ ਜਾਵੇ,
ਜਿੱਥੋਂ ਦੀ ਬਾਣੀ ਹੈ ਨਾ, ਧਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾ। ਚਿੰਤਾ ਤਾਂ ਇੱਕ ਹੀ ਬੜੀ ਬੁਰੀ ਹੁੰਦੀ ਹੈ, ਜੇ ਬੇਅੰਤ ਚਿੰਤਾ ਹੋ। ਸਾਨੂੰ ਅਣਗਿਣਤ ਚਿੰਤਾ ਫਿਕਰ ਲੱਗੇ ਆ ਤੇ ਸਾਨੂੰ ਵੀ ਸਾਰੀਆਂ ਚਿੰਤਾ ਤੇਰੀਆਂ ਮਿਟ ਜਾਣਗੀਆਂ। ਕਿਹਦੇ ਨਾਲ ਮਿਟਣੀਆਂ? ਜਿਹੜੀ ਬਾਣੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਇਕੱਤਰ ਕਰਕੇ ਗੁਰੂ ਬਣਾਇਆ ਹੈ। ਧਰਤੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾ। ਜਾਪ ਕੀਤਾ ਫਿਰ ਗੁਰੂ ਮੈਂ ਭੁੱਲ ਗਿਆ, ਉਹਦਾ ਨੰਬਰ ਨੁੰਬਰ ਲੈਣਾ ਲੱਭਦੇ ਹਾਂ। ਉਹ ਆਪ ਦੱਸ ਕੇ ਇੱਥੇ ਗਈ, ਕਹਿੰਦੇ ਮੇਰੇ ਕੈਂਸਰ ਸ਼ਬਦ ਦੀ ਕਿਰਪਾ ਨਾਲ ਖਤਮ ਹੋ ਗਿਆ, ਕੈਂਸਰ ਖਤਮ ਹੋ ਗਿਆ। ਬਾਬਾ ਜੀ ਦਾ ਕੈਂਸਰ ਬਈ, ਰੋਗਾਂ ਦੀ ਤਾਂ ਗੱਲ ਛੱਡੋ, ਬਾਣੀ ਤਾਂ ਮਰਿਆਂ 'ਚ ਵੀ ਜਾਨ ਪਾ ਸਕਦੀ, ਮਰਿਆਂ ਨੂੰ ਵੀ ਜਿਉਂਦਾ ਕਰ ਸਕਦੀ। ਮੇਰਾ ਕਹਿਣ ਦਾ ਭਾਵੇਂ ਐਡੀਆਂ ਬਰਕਤਾਂ ਬਾਣੀ 'ਚ ਮਹਿਮਾ ਹੋ ਨਹੀਂ ਸਕਦੀ, ਥੋੜ੍ਹੀ ਬਹੁਤੀ ਤੁਸ਼ ਬੁੱਧੀ ਮੁਤਾਬਕ ਬੇਨਤੀ ਕੀਤੀ ਹੈ ਵੀ ਇੰਨੀਆਂ ਇਹ ਬਰਕਤਾਂ ਬਾਣੀ ਵਿੱਚ। ਬਾਬਾ ਜੀ ਕਹਿੰਦੇ ਬਈ ਬਾਣੀ ਪੜ੍ਹ ਕੇ ਗੁਰ ਹਰ ਗੁਰਸਿੱਖ ਮਾਈ ਭਾਈ ਦੀ ਇੱਛਾ ਪੂਰੀਆਂ ਹੋ ਜਾਂਦੀਆਂ ਪੂਰੀਆਂ। ਇਸ ਤੋਂ ਅਗਲਾ ਬਚਨ ਕਰਦੇ ਸੀ ਕਹਿੰਦੇ ਭਾਈ ਇੱਛਾ ਪੂਰੀਆਂ ਵੀ ਕਰਦੀ ਹੈ ਤੇ ਇੱਛਾ ਖਤਮ ਵੀ ਹੋ ਜਾਂਦੀ ਹੈ। ਤੇ ਜਿਸ ਮਾਈ ਭਾਈ ਦੀ ਬਾਣੀ ਪੜ੍ਹਦੇ ਇੱਛਾ ਖਤਮ ਹੋ ਗਈ ਨਾ, ਉਹਨੂੰ ਕਹਿਤਾ ਸੇਵਾ ਕਰਤ ਹੋਈ ਨਾਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਰੱਬ ਵੀ ਮਿਲ ਜਾਂਦਾ। ਸੇਵਾ ਕਰਦਿਆਂ ਨੇ ਕਾਮਨਾ ਤੋਂ ਰਹਿਤ ਹੋ ਜਾਣ, ਸੇਵਾ ਕਰਤ ਹੋਏ ਨਾ ਕੰਮ, ਕੋਈ ਕਾਮਨਾ ਹੀ ਨਹੀਂ ਭਾਵ ਇੱਛਾ। ਭਾਵੇਂ ਬਾਣੀ ਪੜ੍ਹ ਕੇ ਇੱਛਾ ਪੂਰੀਆਂ ਵੀ ਹੁੰਦੀਆਂ ਤੇ ਇੱਛਾ ਮਰ ਵੀ ਜਾਂਦੀ, ਖਤਮ ਹੋ ਜਾਂਦੀ। ਤੇ ਜਿਸ ਮਾਈ ਭਾਈ ਦੀ ਇੱਛਾ ਖਤਮ ਹੋ ਗਈ ਫਿਰ ਉਹ ਪ੍ਰਾਪਤੀ ਸਵਾਮੀ ਦੀ ਹੈ। ਸਵਾਮੀ ਤੋਂ ਉਸ ਵਾਹਿਗੁਰੂ ਤੋਂ ਵੱਡਾ ਹੋਰ ਕੋਈ ਹੈ? ਕੋਈ ਉਸ ਤੋਂ ਵੱਡਾ ਜਿਹੜਾ ਉਹਦੀ ਪ੍ਰਾਪਤੀ ਕਰ ਗਿਆ, ਫਿਰ ਤਾਂ ਵੀ ਹਰਕਾ ਸੇਵਕ ਹਰੀ ਜਿਹਾ ਤੇ ਭੇਜਣਾ ਜਾਣੋ ਮਾਣਸ ਦੇ, ਪਰ ਰੱਬ ਹੋ ਜਾਂਦਾ ਹਰਦਿਆਂ ਤੋਂ ਏਕ ਹੈ ਵਿਚਾਰ ਪਛਨਾ ਹੀ ਜਲ ਤੇ ਉਚਿਤ ਰੰਗ ਦਿਓ ਜਲ ਹੀ ਸਮਾਨ। ਉਹ ਹਰੀ ਦਾ ਰੂਪ ਹੋ ਜਾਂਦਾ, ਐਡੀ ਬਰਕਤ ਹੈ ਗੱਲ ਬਾਣੀ ਦੀ ਕਰਦੇ। ਪਰ ਬਾਣੀ ਦੀ ਦੇਣ ਕਿਹਦੀ ਹੈ? ਜਿਸ ਗੁਰੂ ਅਰਜਨ ਸਾਹਿਬ ਦਾ ਆਪਾਂ ਗੁਰਪੁਰਬ ਮਨਾ ਰਹੇ ਭਾਈ, ਉਹਨਾਂ ਦੀ ਬਹੁਤ ਸਾਡੇ ਵਾਸਤੇ ਬਹੁਤ ਦੇਣ ਹੈ। ਇਸ ਦੇਣ ਦਾ ਕੋਈ ਬੰਦਾ ਨਹੀਂ ਦੇ ਸਕਦਾ, ਕੋਈ ਨਹੀਂ ਦੇ ਸਕਦਾ। ਇਹ ਬਾਣੀ ਜਪਜੀ ਸਾਹਿਬ ਦੀ ਸੁਣ ਕੇ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਗਵਾਲੇ ਨਾਮ ਨੂੰ ਸਿੱਖ ਤੇ ਸਿੱਖ ਨੂੰ ਗੱਦੀ ਦੇਣ ਵਾਸਤੇ ਤਿਆਰ ਹੋਏ ਸੀ। ਐਡਾ ਪ੍ਰਤਾਪ ਹੈ ਇਸ ਬਾਣੀ, ਕੋਈ ਲਫ਼ਜ਼ ਹੈ ਵੀ ਆਪਣੇ ਕੋਲ ਮਹਿਮਾ ਕਰੀਏ। ਇਸ ਬਾਣੀ ਦੀਆਂ ਬਰਕਤਾਂ ਹਨ, ਪਰ ਇਹ ਦੇਣ ਕਿਹਦੀ ਹੈ? ਗੁਰੂ ਅਰਜਨ ਸਾਹਿਬ ਆਪਸ ਜੁੜੋ। ਆਪਾਂ ਪੰਜ ਤਰੀਕ ਤੱਕ ਵੈਸੇ ਤਾਂ ਹਮੇਸ਼ਾ ਕੀਰਤਨ ਹੁੰਦਾ ਹੈ, ਇਹ ਖਾਸ ਪ੍ਰੋਗਰਾਮ ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਵੀ ਹਰਿਮੰਦਰ ਸਾਹਿਬ ਦੀ ਕਿੱਡੀ ਵੱਡੀ ਦੇਣ ਹੈ। ਹਰੀ ਦਾ ਮੰਦਰ, ਅੰਮ੍ਰਿਤਸਰ ਦਾ ਨਾਮ ਹੈ ਹਰਿਮੰਦਰ, ਹਰੀ ਦਾ ਮੰਦਰ, ਗੁਰਦੁਆਰਾ ਨਹੀਂ ਦੇਖਿਆ। ਆਮ ਅਸੀਂ ਲਿਖਦੇ ਹਾਂ ਗੁਰਦੁਆਰੇ, ਗੁਰੂ ਦੇ ਦੁਆਰੇ, ਇੱਕੋ ਹੀ ਨਾਮ ਹੈ ਸੰਸਾਰ ਵਿੱਚ ਹਰੀ ਮੰਦਰ, ਹਰਿਮੰਦਰ ਸਾਹਿਬ, ਗੁਰਦਾਨ ਹਰੀ ਦਾ ਮੰਦਰ। ਕਿੱਡੀ ਵੱਡੀ ਪਾਤਸ਼ਾਹ ਦੀ ਦੇਣ ਹੈ ਉਹ ਆਪਾਂ ਕੱਲ੍ਹ ਨੂੰ ਵਿਚਾਰ ਕਰ